हेलो फ्रेंड्स वेलकम टू ऑन माय यूट्यूब चैनल बी एजुकेशनल विनर्स फ्रेंड्स आज पंजाबी पैडागोजी न बहुत ही ज़्यादा इंपोर्टेंट क्वेश्चन सैट कर जा रहे हैं ਜੋ ਕਿ CTET ਐਂਡ PSTD ਐਗਜ਼ਾਮ ਦੇ ਲਈ ਬਹੁਤ ਹੀ ਜ਼ਿਆਦਾ ਹੈਲਪਫੁਲ ਕੁਐਸਚਨਸ ਹੋਣਗੇ ਇਸ ਦੇ ਨਾਲ ਰਿਲੇਟਡ ਜੋ ਹੈ ਸੇਮ ਕਨਸੈਪਟ ਦੇ ਕੁਐਸਚਨਸ ਸਾਨੂੰ ਜੋ ਹੈ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲਦੇ ਹਨ ਸੋ ਇੱਕ ਕੁਐਸਚਨ ਕੁਐਸਚਨ ਦੇ ਨਾਲ ਤੁਹਾਡੇ ਕਨਸੈਪਟ ਵੀ ਕਲੀਅਰ ਹੋ ਜਾਣਗੇ ਤੇ ਤੁਹਾਨੂੰ ਇਹ ਵੀ ਅੰਦਾਜ਼ਾ ਲੱਗ ਜਾਏਗਾ ਕਿ ਪੇਪਰ ਵਿੱਚ ਜੋ ਹੈ ਕਿਸ ਲੈਵਲ ਦੇ ਕੁਐਸਚਨਸ ਸਾਨੂੰ CTET ਐਂਡ PSTD ਐਗਜ਼ਾਮ ਦੇ ਵਿੱਚ ਜੋ ਪੰਜਾਬੀ ਪੈਡਾਗੋਜੀ ਨਾਲ ਰਿਲੇਟਡ ਸਾਨੂੰ ਦੇਖਣ ਨੂੰ ਮਿਲਦੇ ਹਨ ਸੋ ਸਟਾਰਟ ਕਰਦੇ ਹਾਂ ਫਰੈਂਡਸ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਕਿ ਜੋ ਤੁਸੀਂ सीटेट ਐਂਡ ਪੀਐਸਟੈਟ ਇਗਜ਼ਾਮ ਦੀ ਮਾਸਟਰ ਕਾਰਡ ਇਗਜ਼ਾਮ ਦੀ ਤਿਆਰੀ ਹੋਰ ਵੀ ਜੋ ਹੈ ਇੰਪੋਰਟੈਂਟ ਵੇ ਨਾ ਕਰ ਸਕੋ ਸੋ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਜੋ ਇੰਪੋਰਟੈਂਟ ਕੁਐਸਚਨ ਹੈ ਸਭ ਤੋਂ ਪਹਿਲਾ ਹੈ ਮਨੁੱਖ ਜਾਤੀ ਦੇ ਵਿਕਾਸ ਦਾ ਮੁੱਖ ਕਾਰਨ ਕੀ ਹੈ ਤੁਹਾਨੂੰ ਆਪਸ਼ਨ ਪਾਈ ਜਾਂਦੇ ਹਨ ਇਸ ਤਰ੍ਹਾਂ ਕਿ ਪੜਨਾ ਸਿੱਖਣਾ ਨਕਲ ਕਰਨਾ ਜਾਂ ਲਿਖਣਾ ਚਾਰ ਆਪਸ਼ਨ ਤੁਹਾਨੂੰ ਪੇਪਰ ਵਿੱਚ ਦਿੱਤੇ ਜਾਂਦੇ ਹਨ ਕਿ ਇਸ ਤਰ੍ਹਾਂ ਕੁਐਸਚਨ ਪੁੱਛਿਆ ਜਾਂਦਾ ਹੈ ਮਨੁੱਖ ਜਾਤੀ ਦੇ ਵਿਕਾਸ ਦਾ ਇੱਕ ਕਾਰਨ ਪੁੱਛਿਆ ਹੈ ਤੁਹਾਨੂੰ ਕੀ ਹੈ ਕਿ ਪੜਨ ਕਰਕੇ ਮਨੁੱਖ ਜਾਤੀ ਵਿਕਾਸ ਕਰਦੀ ਹੈ ਸਿੱਖਣ ਕਰਕੇ ਨਕਲ ਕਰਨ ਕਰਕੇ ਜਾਂ ਲਿਖਣ ਕਰਕੇ ਸੋ ਇਸ ਦਾ ਜੋ ਰਾਈਟ ਆਪਸ਼ਨ ਹੋਏਗਾ ਉਹ ਹੈ ਸਿੱਖਣ ਕਰਕੇ ਜੋ ਮਨੁੱਖ ਜਾਤੀ ਹੈ ਜੋ ਵਿਕਾਸ ਕਰਦੀ ਹੈ ਜੋ ਹਿਊਮਨ ਬੀਿੰਗ ਦਾ ਵਿਕਾਸ ਹੁੰਦਾ ਹੈ ਉਹ ਲਰਨਿੰਗ ਦੇ ਨਾਲ ਹੁੰਦਾ ਹੈ ਸਿੱਖਣ ਦੇ ਨਾਲ ਹੁੰਦਾ ਹੈ ਸੋ ਫਰੈਂਡਸ ਇਸ ਦੇ ਨਾਲ ਜੋ ਜੋ ਪੈਡਾਗੋਜੀ ਦੇ ਕੁਐਸਚਨ ਹੁੰਦੇ ਹਨ ਉਹ ਇੰਗਲਿਸ਼ ਦੇ ਵਿੱਚ ਵੀ ਸੇਮ ਹੁੰਦੇ ਹਨ ਜੇਕਰ ਤੁਸੀਂ ਆਪਣੇ ਸਬਜੈਕਟ ਨਾਲ ਰਿਲੇਟਡ ਤੁਸੀਂ ਦੇਖੋ ਤਾਂ ਕੁਝ ਕਨਸੈਪਟ ਜੁਹੁੰਦੇ ਹਨ ਉਹ ਸੇਮ ਹੁੰਦੇ ਹਨ ਸਿਰਫ ਇਸ ਦੇ ਵਿੱਚ ਸਾਨੂੰ ਕੁਐਸਚਨ ਦੀ ਸਮਝ ਹੋਣੀ ਚਾਹੀਦੀ ਹੈ ਕਿ ਕੁਐਸਚਨ ਵਿੱਚ ਕੀ ਪੁੱਛਿਆ ਗਿਆ ਹੈ ਸੋ ਬਹੁਤ ਹੀ ਜ਼ਿਆਦਾ ਜੋ ਹੈ ਇਸ ਪੈਡਾਗੋਜੀ ਨਾਲ ਰਿਲੇਟਡ ਇੰਪੋਰਟੈਂਟ ਕੁਐਸਚਨ ਹੁੰਦੇ ਹਨ ਔਰ 45 ਕੁਐਸਚਨ ਪੈਡਾਗੋਜੀ ਦੇ ਹੁੰਦੇ ਹਨ ਜੇਕਰ ਅਸੀਂ ਪੈਡਾਗੋਜੀ ਨੂੰ ਚੰਗੀ ਤ ਕਨਸੈਪਟ ਕਲੀਅਰ ਇਸ ਦੇ ਮਾਈਂਡ ਵਿੱਚ ਕਰਦੇ ਤਾਂ ਸਾਡੇ ਜੋਹਾਨੀ ਐਗਜ਼ਾਮ ਦੇ ਵਿੱਚ ਇਹ ਮਾਰਕਸ ਕਲੀਅਰ ਹੋ ਜਾਂਦੇ ਹਨ ਅਸੀਂ ਇਹਨਾਂ ਨੂੰ ਆਸਾਨੀ ਦੇ ਨਾਲ ਜੋ ਹੈ ਇੰਨੇ ਮਾਰਕਸ ਜੋ ਪੈਡਾਗੋਜੀ ਦੇ ਕੁਐਸਚਨਸ ਦੇ ਨਾਲ ਲੈ ਸਕਦੇ ਆ ਸੋ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਈਜ਼ੀ ਕੁਐਸਚਨ ਇਸ ਤਰ੍ਹਾਂ ਦੇ ਵੀ ਕੁਐਸਚਨ ਵਿੱਚ ਆ ਜਾਂਦੇ ਹਨ ਕਿ ਮਨੁੱਖ ਜਾਤੀ ਦੇ ਵਿਕਾਸ ਦਾ ਮੁੱਖ ਕਾਰਨ ਕੀ ਹੈ ਤਾਂ ਸਿੱਖਣ ਦੇ ਨਾਲ ਜੋ ਹੈ ਮਨੁੱਖ ਜਾਤੀ ਜੋ ਹੈ ਵਿਕਾਸ ਕਰਦੀ ਹੈ ਸਿੱਖਣ ਦੇ ਨਾਲ ਮਨੁੱਖ ਜਾਤੀ ਦਾ ਵਿਕਾਸ ਸੰਬੰਧਿਤ ਹੈ ਇਸ ਦਾ ਕਾਰਨ ਕੀ ਹੈ ਸਿੱਖਣਾ ਨੈਕਸਟ ਕੁਐਸ਼ਨ ਤੁਸੀਂ ਦੇਖ ਸਕਦੇ ਹੋ ਸਿੱਖਿਆ ਦੇ ਸੰਕਲਪ ਦਾ ਅਸਲ ਵਿੱਚ ਕੀ ਅਰਥ ਹੈ ਜੋ ਸਿੱਖਿਆ ਦਾ ਸੰਕਲਪ ਹੈ ਜੋ ਸਿੱਖਿਆ ਦਾ ਕਨਸੈਪਟ ਹੈ ਉਹਦੇ ਵਿੱਚ ਉਸ ਦਾ ਅਰਥ ਕੀ ਹੈ ਕਿ ਸਕੂਲੀ ਸਿੱਖਿਆ ਦਾ ਕਿ ਸਿੱਖਿਆ ਸੀਮਤ ਹੈ ਜਾਂ ਲਿਖਣ ਕਰਕੇ ਜਾਂ ਘਰੇਲੂ ਸਿੱਖਿਆ ਜਾਂ ਜੀਵਨ ਪਰ ਸਿੱਖਿਆ ਸੋ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਕੁਐਸਚਨ ਆ ਸਕਦੇ ਹਨ ਪੇਪਰ ਦੇ ਵਿੱਚ ਇਸ ਦਾ ਰਾਈਟ ਆਨਸਰ ਹੋਏਗਾ ਜੀਵਨ ਭਰ ਸਿੱਖਿਆ ਲਰਨਿੰਗ ਬਾਈ ਡੂਇੰਗ ਐ ਜੋ ਉਹ ਹੈ ਸਾਡੀ ਮੌਤ ਤੱਕ ਦੀ ਪ੍ਰਕਿਰਿਆ ਹੈ ਅਸੀਂ ਜਦ ਤੱਕ ਸਾਡੀ ਮੌਤ ਨਹੀਂ ਹੁੰਦੀ ਅਸੀਂ ਜੋ ਹੈ ਜਿਉਂਦੇ ਆ ਅਸੀਂ ਜੀਵਨ ਭਰ ਜੋ ਹੈ ਉਹ ਕੁਝ ਨਾ ਕੁਝ ਸਿੱਖਦੇ ਰਹਿੰਦੇ ਹਾਂ ਕੁਝ ਨਾ ਕੁਝ ਚਾਹੇ ਕਿਸੇ ਵੀ ਲਾਈਨ ਦਾ ਹੋਵੇ ਕਿਸੇ ਵੀ ਸਬਜੈਕਟ ਨਾਲ ਰਿਲੇਟਡ ਹੋਵੇ ਤਾਂ ਅਸੀਂ ਉਹ ਕੁਝ ਨਾ ਕੁਝ ਸਿੱਖਦੇ ਹਾਂ ਜੋ ਸਿੱਖਿਆ ਦਾ ਕਨਸੈਪਟ ਬਹੁਤ ਬ੍ਰਾਡ ਹੈ ਤਾਂ ਇਹ ਜੀਵਨ ਪਰ ਸਿੱਖਿਆ ਜੋ ਹੈ ਇਸ ਦੇ ਨਾਲ ਇਸ ਦਾ ਜੋ ਹੈ ਮੀਨਿੰਗ ਹੈ ਸਿ ਜੀਵਨ ਭਰ ਹੀ ਸਿੱਖਦੇ ਰਹਿੰਦੇ ਇਸ ਦਾ ਸੰਕਲਪ ਜੋ ਹੈ ਕਨਸੈਪਟ ਹੈ ਉਹ ਲਰਨਿੰਗ ਬਾਏ ਡੂਇੰਗ ਬਹੁਤ ਹੀ ਕੰਟੀਨਿਊਸ ਪ੍ਰੋਸੈਸ ਹੈ ਇਹ ਤੁਸੀ ਯਾਦ ਰੱਖਣਾ ਹੈ ਇਸ ਦੇ ਨਾਲ 3rd ਕੁਐਸਚਨ ਜੋ ਹੈ ਉਹ ਹੈ ਸਿੱਖਣ ਦਾ ਵਿਵਹਾਰ ਵਿੱਚ ਆਉਣ ਵਾਲਾ ਪ੍ਰਗਤੀਸ਼ੀਲ ਬਦਲਾਅ ਹੈ ਜੋ ਆਪਾਂ ਸਿੱਖਦੇ ਆ ਉਸ ਦੇ ਨਾਲ ਸਾਡੇ ਵਿਵਹਾਰ ਦੇ ਵਿੱਚ ਇੱਕ ਬਦਲਾਅ ਹੁੰਦਾ ਹੈ ਤਾਂ ਉਹ ਕਿਸ ਦੇ ਦੁਆਰਾ ਹੁੰਦਾ ਹੈ ਅਨੁਭਵ ਦੇ ਦੁਆਰਾ ਹੁੰਦਾ ਹੈ ਸੋ ਇਸ ਤਰ੍ਹਾਂ ਦੇ ਕੁਐਸਚਨ ਆਉਂਦੇ ਹਨ ਕਿ ਕਥਨ ਕਿਸ ਦਾ ਹੈ ਕਿਸ ਵਿਅਕਤੀ ਨੇ ਜੋ ਹੈ ਇਹ ਕਥਨ ਕਹੇ ਹਨ ਸੋ ਸਾਨੂੰ ਸਾਈਕੋਲੋਜਿਸਟ ਦੇ ਨਾਮ ਦਿੱਤੇ ਗਏ ਹਨ ਕਰੋਅ ਐਂਡ ਕਰੂ ਸਕਿਨਰ ਗੇਟਸ ਵੁੱਡਸਵਰਥ ਕੁਝ ਬਿਹੇਵੀਅਰਸਟ ਵੀ ਹਨ ਇਸ ਦੇ ਵਿੱਚ ਸੋ ਇਸ ਦੇ ਵਿੱਚ ਅਸੀਂ ਦੇਖਣਾ ਹੈ ਕਿ ਕਿਸ ਨੇ ਕਹੇ ਹਨ ਜੋ ਵਿਵਹਾਰ ਬਿਹੇਵੀਅਰਸਟ ਕਿ ਕੌਣ ਵਿਵਹਾਰਵਾਦੀ ਹੈ ਜਿਸ ਨੇ ਜੋ ਇਹ ਗੱਲ ਕੀਤੀ ਹੈ ਕਿ ਜੋ ਸਿੱਖਣ ਦਾ ਵਿਵਹਾਰ ਦੇ ਵਿੱਚ ਪ੍ਰਗਤੀਸ਼ੀਲ ਬਦਲਾਅ ਹੁੰਦਾ ਹੈ ਉਹ ਅਨੁਭਵ ਦੇ ਦੁਆਰਾ ਹੁੰਦਾ ਹੈ ਜੇਕਰ ਅਨੁਭਵ ਦੀ ਗੱਲ ਕੀਤੀ ਜਾਂ ਕੀਤੀ ਜਾਵੇ ਤਾਂ ਇਹ ਜੋ ਕਥਨ ਹੈ ਉਹ ਗੇਟਸ ਦਾ ਹੈ ਗੇਟਸ ਨੇ ਇਹ ਗੱਲ ਕਹੀ ਸੀ ਕਿ ਜੋ ਵਿਵਹਾਰ ਵਿੱਚ ਪ੍ਰਗਤੀਸ਼ੀਲ ਬਦਲਾਅ ਹੁੰਦਾ ਹੈ ਅਨੁਭਵ ਦੇ ਦੁਆਰਾ ਹੁੰਦਾ ਹੈ ਸੋ ਮਨੁੱਖ ਜੋ ਹੈ ਐਕਸਪੀਰੀਅੰਸ ਦੇ ਨਾਲ ਜੋ ਹੈ ਉਹ ਸਿੱਖਦਾ ਹੈ ਇਸ ਦੇ ਨਾਲ ਹੀ ਨੈਕਸਟ ਕੁਐਸਚਨ ਤੁਸੀਂ ਦੇਖ ਸਕਦੇ ਹੋ ਗ੍ਰੈਂਡ ਕਰਨਾ ਸਿੱਖਣਾ ਇੱਕ ਅਜਿਹਾ ਬਦਲਾਅ ਹੈ ਜੋ ਮੂਲ ਰੂਪ ਵਿੱਚ ਕੀ ਹੈ ਜੋ ਅਸੀਂ ਗ੍ਰੈਂਡ ਕਰਦੇ ਹਾਂ ਜੋ ਐਕਵੀਜੀਸ਼ਨ ਹੈ ਇੰਗਲਿਸ਼ ਦਾ ਵਰਡ ਹੈ ਐਕਵੀਜੀਸ਼ਨ ਸੋ ਤੁਸੀਂ ਦੇਖ ਸਕਦੇ ਹੋ ਕੀ ਹੈ ਉਹ ਇੱਕ ਅਜਿਹਾ ਬਦਲਾਅ ਹੈ ਮੂਲ ਰੂਪ ਵਿੱਚ ਕੀ ਉਹ ਸਥਾਈ ਹੈ ਕਾਲਪਨਿਕ ਹੈ ਅਸਥਾਈ ਹੈ ਜਾਂ ਸਥੂਲ ਹੈ ਜੋ ਆਪਾਂ ਗ੍ਰੈਂਡ ਕਰਦੇ ਹਾਂ ਫਰੈਂਡਸ ਤੁਸੀਂ ਇਸ ਕਨਸੈਪਟ ਨੂੰ ਬਹੁਤ ਹੀ ਜ਼ਿਆਦਾ ਸਮਝਣ ਦੀ ਕੋਸ਼ਿਸ਼ ਕਰਨੀ ਹੈ ਗ੍ਰੈਂਡ ਕਰਨਾ ਇਸ ਤਰ੍ਹਾਂ ਵੀ ਪੁੱਛਿਆ ਜਾਂਦਾ ਕਿ ਕਿਹੜੀ ਭਾਸ਼ਾ ਅਸੀਂ ਗ੍ਰੈਂਡ ਕਰ ਸਕਦੇ ਆ ਤਾਂ ਉਸ ਦੇ ਵਿੱਚ ਮਾਤ ਭਾਸ਼ਾ ਹੁੰਦੀ ਹੈ ਜੋ ਅਸੀਂ ਗ੍ਰੈਂਡ ਕਰਦੇ ਆ ਸਹਿਜ ਤੇ ਸੁਭਾਵਿਕੀ ਅਸੀਂ ਗ੍ਰੈਂਡ ਕਰ ਲੈਂਦੇ ਉਹ ਸਾਨੂੰ ਕੁਝ ਸਿਖਾਉਂਦਾ ਨਹੀਂ ਹੈ ਉਸ ਦੇ ਕੋਈ ਰੂਲ ਨਹੀਂ ਸਿਖਾਏ ਜਾਂਦੇ ਵੀ ਅਸੀਂ ਕਿਵੇਂ ਆਪਣੀ ਮਾਤ ਭਾਸ਼ਾ ਬੋਲਣੀ ਹੈ ਸੋ ਇਸ ਦੇ ਵਿੱਚ ਇਹੀ ਚੀਜ਼ ਦਾ ਕਨਸੈਪਟ ਤੁਸੀਂ ਮਾਈਂਡ 'ਚ ਰੱਖਣਾ ਹੈ ਗ੍ਰੈਂਡ ਕਰਨਾ ਸਿੱਖਣਾ ਇੱਕ ਕੀ ਬਦਲਾਅ ਹੈ ਤੇ ਜੇਕਰ ਅਸੀਂ ਜੋ ਚੀਜ਼ ਅਸੀਂ ਗ੍ਰੈਂਡ ਕਰਦੇ ਆ ਮਾਤ ਭਾਸ਼ਾ ਕਿਉਂ ਅਸੀਂ ਅੱਜ ਸਿੱਖੀ ਹੈ ਉਹ ਕੱਲ ਸਿ ਭੁੱਲ ਜਾਵਾਂਗੇ ਇਸ ਤਰ੍ਹਾਂ ਤਾਂ ਨਹੀਂ ਹੋਏਗਾ ਨਾ ਸੋ ਕੀ ਹੈ ਗ੍ਰੈਂਡ ਜੋ ਅਸੀਂ ਚੀਜ਼ ਕਰਦੇ ਹਾਂ ਸਾਡੇ ਜੋ ਆਨਸਰ ਇਸ ਦਾ ਕੀ ਹੋ ਗਿਆ ਸਥਾਈ ਹੈ ਸੋ ਸਾਡੇ ਮਾਈਂਡ ਦੇ ਵਿੱਚ ਸਾਡੇ ਅੰਦਰ ਸਥਾਈ ਰੂਪ ਵਿੱਚ ਉਹ ਚੀਜ਼ ਬੈਠ ਜਾਂਦੀ ਹੈ ਜੋ ਕਿ ਸਾਨੂੰ ਨਹੀਂ ਭੁੱਲਦੀ ਹੈ ਬਹੁਤ ਹੀ ਜ਼ਿਆਦਾ ਜੋ ਹੈ ਇਸ ਦਾ ਰਾਈਟ ਆਨਸਰ ਹੈ ਤੁਸੀਂ ਇਸ ਤਰ੍ਹਾਂ ਦੇ ਕੁਸ਼ਚਨ ਇੰਪੋਰਟੈਂਟ ਹਨ ਇਸ ਦਾ ਧਿਆਨ ਰੱਖਣਾ ਹੈ ਗ੍ਰਹਿਣ ਕਰਨਾ ਸਿੱਖਣਾ ਤੇ ਇਸ ਤਰ੍ਹਾਂ ਦੇ ਕੁਸ਼ਚਨ ਜੋ ਬਹੁਤ ਆਉਂਦੇ ਹਨ ਪੇਪਰ ਦੇ ਵਿੱਚ ਬਹੁਤ ਜ਼ਿਆਦਾ ਕਨਫਿਊਜ਼ਨ ਕ੍ਰੀਏਟ ਕਰਦੇ ਹਨ ਸੋ ਧਿਆਨ ਦੇ ਨਾਲ ਤੁਸੀਂ ਇਹਨਾਂ ਪ੍ਰੈਕਟਿਸ ਸੈਟ ਨੂੰ ਕਰ ਸਕਦੇ ਹੋ ਸਿੱਖਣ ਨਾਲ ਬੱਚਾ ਕੀ ਗ੍ਰਹਿਣ ਕਰਦਾ ਹੈ ਸਿੱਖਣ ਦੇ ਨਾਲ ਬੱਚੇ ਨੂੰ ਕੀ ਗਿਆਨ ਹਾਸਲ ਹੁੰਦਾ ਹੈ ਕੌਸ਼ਲ ਹਾਸਲ ਹੁੰਦੇ ਹਨ ਮਨੋਵਿਰਤੀਆਂ ਇਹ ਉਪਰੋਕਤ ਸਾਰੀਆਂ ਚੀਜ਼ਾਂ ਸਿੱਖਣਾ ਇੱਕ ਬਹੁਤ ਹੀ ਬ੍ਰੌਡ ਕਨਸੈਪਟ ਹੈ ਜਿਹਨੂੰ ਅਸੀਂ ਜਾਣ ਚੁੱਕੇ ਹਾਂ ਤੇ ਉਹਦੇ ਨਾਲ ਬੱਚੇ ਨੂੰ ਕੀ ਗ੍ਰਹਿਣ ਕੀ ਕਰਦਾ ਹੈ ਬੱਚਾ ਸਭ ਤੋਂ ਪਹਿਲਾ ਚੀਜ਼ ਹੈ ਗਿਆਨ ਗਿਆਨ ਆਉਂਦਾ ਹੈ ਬੱਚੇ ਦੇ ਵਿੱਚ ਬੱਚਾ ਕੌਸ਼ਲ ਸਿੱਖਦਾ ਹੈ ਕਈ ਕੀ ਤਰ੍ਹਾਂ ਦੇ ਜਿਦਾਂ ਪੜ੍ਹਨ ਦਾ ਕੌਸ਼ਲ ਹੈ ਲਿਖਣ ਦਾ ਹੈ ਬੋਲਣ ਦਾ ਹੈ ਸੁਣਨ ਦਾ ਹੈ ਇਸ ਦੇ ਨਾਲ ਹੀ ਮਨੋਵਿਰਤੀਆਂ ਹਨ ਉਸਦੇ ਮਾਈਂਡ ਵਿੱਚ ਕਨਸੈਪਟ ਬਹਿ ਜਾਂਦੇ ਹਨ ਕੋਈ ਉਹ ਇਮੇਜਿਨੇਸ਼ਨ ਕਰ ਲੈਂਦਾ ਹੈ ਉਸ ਚੀਜ਼ ਦੀ ਜਾਂ ਉਪਰੋਕਤ ਸਾਰੀ ਹੈ ਹੀ ਚੀਜ਼ਾਂ ਹਨ ਤਾਂ ਫਰੈਂਡਸ ਇਸ ਦਾ ਜੋ ਆਨਸਰ ਹੋਏਗਾ ਉਹ ਉਪਰੋਕਤ ਸਾਰੇ ਜਦੋਂ ਇੱਕ ਬੱਚਾ ਸਿੱਖਦਾ ਹੈ ਤਾਂ ਉਸ ਨੂੰ ਜੋ ਹੈ ਉਸ ਨੂੰ ਨੌਲੇਜ ਵੀ ਮਿਲਦੀ ਹੈ ਉਸ ਦੇ ਜੋ ਕੌਸ਼ਲ ਹੁੰਦੇ ਹਨ ਉਹ ਵੀ ਗ੍ਰਹਿਣ ਕਰਦਾ ਹੈ ਕਿ ਕਿਹੜੀ ਚੀਜ਼ ਨੂੰ ਬੋਲਣਾ ਕਿਵੇਂ ਹੈ ਲਿਖਣਾ ਕਿਵੇਂ ਹੈ ਜਿੰਨੇ ਵੀ ਭਾਸ਼ਾ ਦੇ ਕੌਸ਼ਲ ਹਨ ਮਨੋਵਿਰਤੀਆਂ ਤੇ ਉਹ ਇਮੇਜਿਨੇਸ਼ਨ ਵੀ ਉਸ ਚੀਜ਼ ਦੀ ਹੌਲੀ ਹੌਲੀ ਕਰਨਾ ਜੋ ਉਸ ਦੇ ਮਨ ਵਿੱਚ ਉਹ ਹੋ ਜਾਂਦਾ ਹੈ ਕਿ ਕਿਸ ਤਰ੍ਹਾਂ ਇਹ ਚੀਜ਼ ਸਿੱਖੀ ਹੈ ਕਿਸ ਤਰ੍ਹਾਂ ਦੀ ਹੋਏਗੀ ਕਿਸੇ ਕਨਸੈਪਟ ਬਾਰੇ ਸੋ ਇਸ ਦੇ ਨਾਲ ਬੱਚਾ ਕੀ ਗ੍ਰਹਿਣ ਕਰਦਾ ਹੈ ਉਪਰੋਕਤ ਸਾਰੀਆਂ ਚੀਜ਼ਾਂ ਜੋ ਹੈ ਉਹ ਗ੍ਰਹਿਣ ਕਰਦਾ ਹੈ ਸੋ ਇਸ ਦਾ ਫੋਰਥ ਆਪਸ਼ਨ ਜੋ ਹੋਏਗਾ ਉਹ ਸਹੀ ਹੋਏਗਾ ਨੈਕਸਟ ਕੁਐਸਚਨ ਤੁਸੀਂ ਦੇਖ ਸਕਦੇ ਹੋ ਸਿੱਖਣਾ ਇੱਕ ਮਨੁੱਖ ਲਈ ਹੁੰਦਾ ਹੈ ਸਿੱਖਣਾ ਇੱਕ ਮਨੁੱਖ ਲਈ ਕੀ ਹੁੰਦਾ ਹੈ ਆਪਸ਼ਨ ਤੁਸੀਂ ਦੇਖ ਸਕਦੇ ਹੋ ਵਿਅਕਤੀਗਤ ਹੁੰਦਾ ਹੈ ਸਮੂਹਿਕ ਹੁੰਦਾ ਹੈ ਸਮਾਜਿਕ ਹੁੰਦਾ ਹੈ ਜਾਂ ਆਰਥਿਕ ਹੁੰਦਾ ਹੈ ਕੋਈ ਵਿਅਕਤੀ ਹੈ ਕੋਈ ਮਨੁੱਖ ਹੈ ਉਹ ਸਿੱਖਦਾ ਹੈ ਕਿ ਉਹ ਵਿਅਕਤੀਗਤ ਤੌਰ ਤੇ ਸਿੱਖਦਾ ਹੈ ਜਾਂ ਉਹ ਸਮੂਹ ਦੇ ਵਿੱਚ ਸਿੱਖਦਾ ਹੈ ਜਾਂ ਉਹ ਸਮਾਜਿਕ ਤੌਰ ਤੇ ਸਿੱਖਦਾ ਹੈ ਜਾਂ ਆਰਥਿਕ ਤੌਰ ਤੇ ਸਿੱਖਦਾ ਹੈ ਫਰੈਂਡਸ ਅਸੀਂ ਧਿਆਨ ਰੱਖਣਾ ਹੈ ਪੇਪਰ ਦੇ ਵਿੱਚ ਕੁਐਸਚਨ ਕਿਸ ਕਿਸ ਤਰ੍ਹਾਂ ਦਿੱਤਾ ਗਿਆ ਹੈ ਹੁਣ ਜਿਵੇਂ ਇੱਥੇ ਕੋਈ ਸਿਚੁਏਸ਼ਨ ਨਹੀਂ ਲਗਾਈ ਗਈ ਸਿਰਫ ਸਿੰਪਲ ਹੀ ਪੁੱਛਿਆ ਗਿਆ ਕਿ ਸਿੱਖਣਾ ਇੱਕ ਮਨੁੱਖ ਲਈ ਕੀ ਹੈ ਇਸ ਦੇ ਵਿੱਚ ਇਹ ਨਹੀਂ ਕਿਹਾ ਗਿਆ ਕਿ ਕਲਾਸਰੂਮ ਵਿੱਚ ਸਿੱਖਣਾ ਮਨੁੱਖ ਜੋ ਵਿਦਿਆਰਥੀ ਲਈ ਕੀ ਹੈ ਜਾਂ ਮਨੁੱਖ ਲਈ ਜੋ ਹੈ ਦੋਸਤਾਂ ਵਿੱਚ ਬੈ ਕੇ ਸਿੱਖਣਾ ਕੀ ਹੈ ਇਸ ਤਰ੍ਹਾਂ ਦਾ ਕੋਈ ਕਨਸੈਪਟ ਨਹੀਂ ਲਗਾਇਆ ਗਿਆ ਸਿੰਪਲ ਪੁੱਛਿਆ ਗਿਆ ਹੈ ਕਿ ਸਿੱਖਣਾ ਇੱਕ ਮਨੁੱਖ ਲਈ ਕੀ ਹੈ ਜੋ ਇੱਕ ਮਨੁੱਖ ਲਈ ਜੋ ਸਿੱਖਣਾ ਹੈ ਉਹ ਕੀ ਹੋਏਗਾ ਇਸ ਦਾ ਰਾਈਟ ਆਨਸਰ ਤਾਂ ਉਹ ਹੋਏਗਾ ਇੰਡੀਵਿਜੂਅਲਿਸਟਿਕ ਇੰਡੀਵਿਜੂਅਲ ਵਿਅਕਤੀਗਤ ਹੈ ਠੀਕ ਹੈ ਇੱਕ ਵਿਅਕਤੀ ਜੋ ਮਨੁੱਖੋ ਸਿੱਖਦਾ ਹੈ ਤਾਂ ਉਹ ਵਿਅਕਤੀਗਤ ਤੌਰ ਤੇ ਸਿੱਖਦਾ ਹੈ ਇਹ ਨਹੀਂ ਹੈ ਕਿ ਉਸ ਦਾ ਸਿੱਖਣਾ ਜੋ ਹੈ ਉਹ ਸਮਾਜ ਦਾ ਹੁੰਦਾ ਹੈ ਜਾਂ ਸਮੂਹਿਕ ਹੁੰਦਾ ਚਾਰਤੀਕ ਹੁੰਦਾ ਹੈ ਜੇਕਰ ਇਹ ਸਿੰਪਲ ਪੁੱਛਿਆ ਜਾਵੇ ਤਾਂ ਅਸੀਂ ਜੋ ਹੈ ਆਪਣੇ ਲੈਵਲ ਤੱਕ ਸਿੱਖਦੇ ਹਾਂ ਸਭ ਤੋਂ ਪਹਿਲਾਂ ਵਿਅਕਤੀਗਤ ਸਿੱਖਣਾ ਹੈ ਸੋ ਨੈਕਸਟ ਕੁਐਸਚਨ ਅਸੀਂ ਦੇਖ ਸਕਦੇ ਹਾਂ ਸਿੱਖਣਾ ਕਿਸ ਕਿਸਮ ਦੀ ਪ੍ਰਕਿਰਿਆ ਹੈ ਜੋ ਅਸੀਂ ਲਰਨਿੰਗ ਕਰਦੇ ਹਾਂ ਸਿੱਖਦੇ ਹਾਂ ਕਿ ਉਹ ਅਧਿਆਤਮਕ ਹੈ ਸਪਿਰਚੁਅਲ ਹੈ ਸਾਡੇ ਲਈ ਮਨੋਵਿਗਿਆਨਿਕ ਹੈ ਰਹਿਸਵਦੀ ਹੈ ਜਾਂ ਕੋਈ ਵੀ ਨਹੀਂ ਹੈ ਸੋ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਵੈਰੀ ਇੰਪੋਰਟੈਂਟ ਕੁਐਸਚਨ ਹੈ ਇਸ ਤਰ੍ਹਾਂ ਦਾ ਕੁਐਸਚਨ ਪੇਪਰ ਵਿੱਚ ਪੁੱਛ ਲਿਆ ਜਾਂਦਾ ਹੈ ਸੋ ਤੁਸੀਂ ਦੇਖ ਸਕਦੇ ਹੋ ਜੋ ਅਸੀਂ ਸਿੱਖਦੇ ਹਾਂ ਉਹ ਕੀ ਹੈ ਇੱਕ ਸਾਈਕੋਲੋਜੀਕਲੀ ਕਨਸੈਪਟ ਹੈ ਜੋ ਅਸੀਂ ਸਿੱਖਦੇ ਹਾਂ ਸਾਡੇ ਮੈਂਟਲੀ ਮਾਈਂਡ ਦੇ ਨਾਲ ਜੋ ਹੈ ਰਿਲੇਟਡ ਹੈ ਮਨੋਵਿਗਿਆਨਿਕ ਚੀਜ਼ ਹੈ ਜੋ ਅਸੀਂ ਸਿੱਖਦੇ ਹਾਂ ਸਾਡੇ ਮਨ ਅੰਦਰ ਜੋ ਹੈ ਉਹ ਚੀਜ਼ ਸਮਾਜ ਆਂਦੀ ਹੈ ਜੋ ਵੀ ਅਸੀਂ ਸਿੱਖਦੇ ਹਾਂ ਸੋ ਇਹ ਮਨੋਵਿਗਿਆਨਿਕ ਇਸ ਦਾ ਰਾਈਟ ਆਨਸਰ ਹੋਏਗਾ ਇੱਕ ਕਿਸ ਕਿਸਮ ਦੀ ਪ੍ਰਕਿਰਿਆ ਤਾਂ ਇਹ ਮਨੋਵਿਗਿਆਨਿਕ ਪ੍ਰਕਿਰਿਆ ਹੈ ਸੋ ਨੈਕਸਟ ਅਸੀਂ ਦੇਖ ਸਕਦੇ ਹਾਂ ਬਹੁਤ ਹੀ ਇੰਪੋਰਟੈਂਟ ਕੁਐਸਚਨ ਜਲਦੀ ਸਿੱਖਣ ਪੜ੍ਹਨ ਕਰਨ ਲਈ ਵਿਦਿਆਰਥੀ ਕਿਹੋ ਜਿਹਾ ਹੋਣਾ ਚਾਹੀਦਾ ਹੈ ਜੇਕਰ ਇੱਕ ਵਿਦਿਆਰਥੀ ਉਸਨੇ ਜਲਦੀ ਸਿੱਖਣਾ ਹੈ ਤੇ ਗ੍ਰਹਿਣ ਕਰਨਾ ਹੈ ਤਾਂ ਉਹ ਵਿਦਿਆਰਥੀ ਹੋਵੇਗਾ ਕਿਹੋ ਜਿਹਾ ਕਿ ਉਹ ਕਾਰਜਸ਼ੀਲ ਹੋਣਾ ਚਾਹੀਦਾ ਹੈ ਸੁਸਤ ਹੋਣਾ ਚਾਹੀਦਾ ਹੈ ਆਲਸੀ ਹੋਣਾ ਚਾਹੀਦਾ ਹੈ ਜੋ ਉਪਰੋਕਤ ਸਾਰੇ ਕਿਸ ਤਰ੍ਹਾਂ ਦਾ ਜੋ ਹੈ ਉਹ ਵਿਦਿਆਰਥੀ ਹੋਏਗਾ ਤੇ ਉਹ ਵਧੀਆ ਸਿੱਖੇਗਾ ਸੋ ਇਸ ਦਾ ਰਾਈਟ ਆਨਸਰ ਹੋਏਗਾ ਕਾਰਜਸ਼ੀਲ ਜੇਕਰ ਜੋ ਵਿਦਿਆਰਥੀ ਹੈ ਜੋ ਆਪਣੇ ਕੰਮ ਦੇ ਪ੍ਰਤੀ ਐਕਟਿਵ ਹੈ ਪ੍ਰੈਕਟਿਸ ਕਰਦਾ ਹੈ ਬਾਰ ਬਾਰ ਕਰਕੇ ਦੇਖਦਾ ਹੈ ਕਾਰਜਸ਼ੀਲ ਹੈ ਉਸ ਦੇ ਅੰਦਰੋਂ ਕਰਨ ਦੀ ਚਾਹਤ ਹੈ ਤਾਂ ਉਹ ਜੋ ਹੈ ਜਲਦੀ ਸਿੱਖੇਗਾ ਤੇ ਜਲਦੀ ਗ੍ਰਹਿਣ ਕਰੇਗਾ ਸੋ ਇਹ ਇਸ ਦਾ ਜੋ ਹੈ ਰਾਈਟ ਆਨਸਰ ਹੈ ਇਸ ਤਰ੍ਹਾਂ ਦੇ ਜੋ ਕੁਐਸਚਨ ਬਹੁਤ ਹੀ ਜ਼ਿਆਦਾ ਕਨਸੈਪਟ ਤੁਹਾਡੇ ਮਾਈਂਡਸ ਕਲੀਅਰ ਹੋਣੇ ਚਾਹੀਦੇ ਹਨ ਪੁੱਛ ਲਏ ਜਾਂਦੇ ਹਨ ਪੇਪਰ ਵਿੱਚ ਕਈ ਕੁਐਸਚਨ ਰਿਪੀਟ ਵੀ ਹੋ ਜਾਂਦੇ ਹਨ ਸੀਟੈਟ ਵਿੱਚ ਬਹੁਤ ਵਾਰ ਕੁਐਸਚਨ ਰਿਪੀਟ ਹੁੰਦੇ ਹਨ ਸੋ ਤੁਸੀਂ ਜੋ ਪ੍ਰੀਵੀਅਸ ਐਗਜ਼ਾਮ ਜੋ ਹੈ ਉਹ ਵੀ ਦੇਖਣੇ ਹਨ ਪੇਪਰ ਕਿਸ-ਕਿਸ ਤਰ੍ਹਾਂ ਦੇ ਕੁਐਸਚਨ ਆਉਂਦੇ ਹਨ ਸੋ ਇਹਨਾਂ ਪ੍ਰੈਕਟਿਸ ਸੈਟ ਨੂੰ ਵੀ ਤੁਸੀਂ ਨਾਲ-ਨਾਲ ਕਰਦੇ ਜਾਣਾ ਹੈ ਨੈਕਸਟ ਵੀਡੀਓਜ਼ ਦੇ ਵਿੱਚ ਅਸੀਂ ਜੋ ਹੈ ਸਾਰੇ ਪ੍ਰੀਵੀਅਸ ਈਅਰ ਕਲੀਅਰ ਕਰਾਂਗੇ ਨੈਕਸਟ ਤੁਸੀਂ ਦੇਖ ਸਕਦੇ ਹੋ ਵਧੀਰੇ ਬੁੱਧੀਮਾਨ ਮਨੁੱਖ ਕਿਹੋ ਜਿਹਾ ਹੋਣਾ ਚਾਹੀਦਾ ਹੈ ਜਿਸ ਦੇ ਕੋਲ ਆਈਕਿਊ ਲੈਵਲ ਬਹੁਤ ਜ਼ਿਆਦਾ ਹੈ ਉਹ ਕਿਹੋ ਜਿਹਾ ਹੋਏਗਾ ਉਹ ਜਲਦੀ ਤੇ ਵਧੀਰੇ ਸਿੱਖਦਾ ਹੈ ਕਿਸ ਤਰ੍ਹਾਂ ਦੀ ਲਰਨਿੰਗ ਕਰੇਗਾ ਉਹ ਜਲਦੀ ਸਿੱਖ ਲਏਗਾ ਵਧੀਰੇ ਸਿੱਖ ਲਏਗਾ ਬਾਕੀਆਂ ਨਾਲੋਂ ਹੌਲੀ-ਹੌਲੀ ਸਿੱਖੇਗਾ ਹੌਲੀ-ਹੌਲੀ ਸਿੱਖੇਗਾ ਪਰ ਸਥਾਈ ਰੂਪ ਦੇ ਵਿੱਚ ਸਿੱਖੇਗਾ ਜਰ ਦੱਸਿਆ ਹੀ ਨਹੀਂ ਜਾ ਸਕਦਾ ਕਿ ਜੋ ਜ਼ਿਆਦਾ ਬੁੱਧੀਮਾਨ ਮਨੁੱਖ ਹੈ ਉਹ ਕਿਵੇਂ ਸਿੱਖ ਸਕਦਾ ਹੈ ਸੋ ਇਸ ਦਾ ਜੋ ਸਭ ਤੋਂ ਜੋ ਬੈਸਟ ਆਨਸਰ ਹੋਏਗਾ ਰਾਈਟ ਆਨਸਰ ਹੋਏਗਾ ਉਹ ਹੈ ਫਰਸਟ ਜਲਦੀ ਤੇ ਵਧੇਰੇ ਸਿੱਖੇਗਾ ਜੇਕਰ ਇੱਕ ਮਨੁੱਖ ਹੈ ਉਸਦਾ ਆਈਕਿਊ ਲੈਵਲ ਸਭ ਤੋਂ ਵਧੀਆ ਹੈ ਜ਼ਿਆਦਾ ਹੈ ਤਾਂ ਉਹ ਲਰਨਿੰਗ ਵੀ ਓਨੀ ਵਧੀਆ ਕਰੇਗਾ ਜਲਦੀ ਕਰ ਲਏਗਾ ਬਾਕੀਆਂ ਨਾਲੋਂ ਤੇ ਜ਼ਿਆਦਾ ਕੁਸ਼ਲ ਜੋ ਘੱਟ ਸਮੇਂ ਦੇ ਵਿੱਚ ਉਹ ਸਿੱਖ ਲਏਗਾ ਸੋ ਇਸ ਦਾ ਜਲਦੀ ਤੇ ਵਧੇਰੇ ਸਿੱਖਣਾ ਜੋ ਹੈ ਉਹ ਇਸ ਦਾ ਰਾਈਟ ਆਪਸ਼ਨ ਹੋਏਗਾ ਸੋ ਬਹੁਤ ਹੀ ਇਸ ਤਰ੍ਹਾਂ ਦੇ ਕੁਐਸਚਨ ਜੋ ਹਨ ਇੰਪੋਰਟੈਂਟ ਹੁੰਦੇ ਹਨ ਤੁਸੀਂ ਦੇਖ ਸਕਦੇ ਹੋ ਨੈਕਸਟ ਕੁਐਸਚਨ ਕੀ ਹੈ ਸਿੱਖਣ ਤੇ ਅਧਿਆਪਨ ਵਿਚਾਰ ਪੁੱਛਿਆ ਗਿਆ ਹੈ ਕਿ ਸਿੱਖਣ ਦੇ ਅਧਿਆਪਨ ਦੇ ਵਿਚਾਰ ਅੰਤਰ ਹੈ ਡੂੰਗਾ ਸੰਬੰਧ ਹੈ ਥੋੜਾ ਜਿਹਾ ਸੰਬੰਧ ਹੈ ਜਾਂ ਕੋਈ ਵੀ ਸੰਬੰਧ ਨਹੀਂ ਹੈ ਜੋ ਲਰਨਿੰਗ ਹੈ ਤੇ ਟੀਚਿੰਗ ਹੈ ਇਹ ਦੋ ਚੀਜ਼ਾਂ ਦੋ ਕਨਸੈਪਟ ਹਨ ਕਿ ਇਹਦੇ ਵਿੱਚ ਕੋਈ ਡਿਫਰੈਂਸ ਹੈ ਜਾਂ ਰਿਲੇਸ਼ਨ ਜੋ ਬਹੁਤ ਹੀ ਜ਼ਿਆਦਾ ਸਟਰੋਂਗ ਹੈ ਜਾਂ ਥੋੜਾ ਜਿਹਾ ਹੈ ਜਾਂ ਕੋਈ ਵੀ ਸੰਬੰਧ ਨਹੀਂ ਹੈ ਸੋ ਇਸ ਦਾ ਜੋ ਰਾਈਟ ਆਨਸਰ ਹੋਏਗਾ ਬਹੁਤ ਜ਼ਿਆਦਾ ਡੂੰਗਾ ਸੰਬੰਧ ਹੈ ਇਹ ਰਿਲੇਟ ਕਰਦੇ ਹਨ ਇੱਕ ਹੀ ਪਹਿਲੂ ਦੇ ਦੋ ਪਾਸੇ ਜੋ ਹਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਇਸ ਤਰ੍ਹਾਂ ਦਾ ਕੁਐਸਚਨ ਬਹੁਤ ਵਾਰ ਰਿਪੀਟ ਹੁੰਦਾ ਹੈ ਸਿਟੈਟ ਐਗਜ਼ਾਮ ਦੇ ਵਿੱਚ ਪੀਐਸਟੈਟ ਐਗਜ਼ਾਮ ਦੇ ਵਿੱਚ ਸਿੱਖਣਾ ਤੇ ਅਧਿਆਪਨ ਦੋ ਚੀਜ਼ਾਂ ਹਨ ਪਰ ਇਹਨਾਂ ਦੇ ਵਿੱਚ ਸੰਬੰਧ ਹੈ ਬਹੁਤ ਹੀ ਜ਼ਿਆਦਾ ਡੂੰਘਾ ਹੈ ਇਸ ਨੂੰ ਤੁਸੀਂ ਜੋ ਹੈ ਉਹ ਯਾਦ ਰੱਖਣਾ ਹੈ ਕਨਸੈਪਟ ਮਾਈਂਡ ਦੇ ਵਿੱਚ ਸੂ ਪੁੱਛ ਲਿਆ ਜਾਂਦਾ ਹੈ ਇਸ ਤਰ੍ਹਾਂ ਦਾ ਕੁਐਸਚਨ ਨੈਕਸਟ ਤੁਸੀਂ ਦੇਖ ਸਕਦੇ ਹੋ ਕੁਐਸਚਨ ਭਾਸ਼ਾ ਸਿੱਖਿਆ ਵਿੱਚ ਬਹੁਤ ਮਹੱਤਵ ਹੈ ਜੋ ਲੈਂਗੁਏਜ ਦੀ ਐਜੂਕੇਸ਼ਨ ਹੈ ਉਸ ਦੇ ਵਿੱਚ ਬਹੁਤ ਹੀ ਜ਼ਿਆਦਾ ਇੰਪੋਰਟੈਂਸ ਕਿਸ ਚੀਜ਼ ਦੀ ਹੈ ਭਾਸ਼ਾ ਸਿੱਖਿਆ ਵਿੱਚ ਮਹੱਤਵ ਕਿਸ ਚੀਜ਼ ਦਾ ਹੈ ਸੂਚਨਾਵਾਂ ਦਾ ਮਹੱਤਵ ਹੈ ਭਾਵਾ ਦੀ ਪ੍ਰਕਿਰਤੀ ਦਾ ਹੈ ਤੱਥਾਂ ਦਾ ਹੈ ਜੋ ਉਪਰੋਕਤ ਸਾਰਿਆਂ ਦਾ ਹੈ ਸੋ ਫਰੈਂਡਸ ਤੁਸੀਂ ਜੋ ਹੈ ਇਸ ਨੂੰ ਪ੍ਰੈਕਟੀਕਲੀ ਦੇਖ ਸਕਦੇ ਹੋ ਜੋ ਅਸੀਂ ਲੈਂਗੁਏਜ ਸਿੱਖਦੇ ਹਾਂ ਅਸੀਂ ਉਸ ਦਾ ਯੂਜ਼ ਕਿਵੇਂ ਕਰਦੇ ਹਾਂ ਦੀ ਇੰਪੋਰਟੈਂਸ ਕੀ ਹੈ ਤੁਹਾਡੇ ਲਈ ਕਿ ਅਸੀਂ ਸਿਰਫ ਸੂਚਨਾਵਾਂ ਇਕੱਠੀਆਂ ਕਰਨ ਦੇ ਕਰਨ ਦੇ ਲਈ ਭਾਸ਼ਾ ਸਿੱਖੀ ਹੈ ਆਪਣੇ ਵਿਚਾਰ ਪ੍ਰਗਟਾਵੇ ਦੇ ਲਈ ਸਿੱਖੀ ਹੈ ਸਿਰਫ ਤੱਥਾਂ ਦੇ ਲਈ ਸਿੱਖੀ ਹੈ ਕੋਈ ਕਨਸੈਪਟ ਕਲੀਅਰ ਕਰਨ ਦੇ ਲਈ ਜਾਂ ਸਾਰੀਆਂ ਚੀਜ਼ਾਂ ਲਈ ਸਿੱਖੀ ਹੈ ਸੋ ਇਹ ਚੀਜ਼ਾਂ ਬਹੁਤ ਹੀ ਜ਼ਿਆਦਾ ਇਸ ਦੇ ਵਿੱਚੋਂ ਤੁਸੀਂ ਬੈਸਟ ਆਨਸਰ ਚੁਣਨਾ ਹੈ ਸੋ ਇਸ ਦਾ ਰਾਈਟ ਆਨਸਰ ਹੋਏਗਾ ਭਾਵਾਂ ਦੀ ਪ੍ਰਕਿਰਤੀ ਦਾ ਇਸ ਵਿੱਚ ਜੋ ਬਹੁਤ ਮਹੱਤਵ ਹੈ ਜੋ ਅਸੀਂ ਲੈਂਗੁਏਜ ਸਿੱਖਦੇ ਹਾਂ ਉਸ ਦਾ ਮਹੱਤਵ ਹੈ ਕਿ ਅਸੀਂ ਆਪਣੇ ਵਿਚਾਰ ਵੀ ਜੋ ਦੂਜੇ ਦੂਜਿਆਂ ਦੇ ਨੂੰ ਜਿਹੜਾ ਉਹ ਆਪਣੇ ਹਨ ਉਸ ਦੇ ਲਈ ਜੋਸ ਨੂੰ ਪ੍ਰਗਟਾ ਸਕੀ ਆਪਣੇ ਭਾਵ ਜੋ ਹਨ ਉਹਨਾਂ ਨੂੰ ਕਿਸੇ ਦੇ ਅੱਗੇ ਰੱਖ ਸਕੀ ਇਸ ਦੇ ਲਈ ਜੀ ਜੋ ਲੈਂਗੁਏਜ ਹੈ ਉਹ ਯੂਜ਼ ਕਰਦੇ ਆ ਮਸਟ ਇਹ ਜਿਹੜੀ ਨੰਬਰ 1 ਇਹਦਾ ਜੋ ਹੈ ਇਸ ਦੀ ਇੰਪੋਰਟੈਂਸ ਆ ਬਹੁਤ ਜ਼ਿਆਦਾ ਇਸ ਦਾ ਮਹੱਤਵ ਹੈ ਜੇਕਰ ਇਸ ਤਰ੍ਹਾਂ ਦੇ ਆਪਸ਼ਨ ਹੁੰਦੇ ਨੇ ਤੁਸੀਂ ਬੈਸਟ ਆਪਸ਼ਨ ਚੁੜਨਾ ਹੁੰਦਾ ਸੋ ਇਸ ਦਾ ਬੈਸਟ ਆਪਸ਼ਨ ਹੋਏਗਾ ਭਾਵਾਂ ਦੀ ਪ੍ਰਕਿਰਤੀ ਦਾ ਸੋ ਨੈਕਸਟ ਕੁਐਸਚਨ ਹੈ ਬੱਚਾ ਵਾਤਾਵਰਣ ਤੋਂ ਕਿਵੇਂ ਸਿੱਖਦਾ ਹੈ এনवायरमेंट ਤੋਂ ਬੱਚੇ ਨੇ ਕਿਸ ਤਰ੍ਹਾਂ ਸਿੱਖਣਾ ਹੈ ਤੁਸੀਂ ਦੇਖ ਸਕਦੇ ਹੋ ਅਨੁਕਰਣ ਕਰਕੇ ਸਿੱਖ ਸਕਦਾ ਹੈ ਉਸ ਨੂੰ ਅਨੁਭਵ ਐਕਸਪੀਰੀਅੰਸ ਨਾਲ ਸਿੱਖ ਸਕਦਾ ਹੈ ਕੋਈ ਚੀਜ਼ ਨੂੰ ਲਿਖ ਕੇ ਸਿੱਖ ਸਕਦਾ ਹੈ ਜਾਂ ਸੁਣ ਕੇ ਸਿੱਖ ਸਕਦਾ ਹੈ ਲਿਖ ਕੇ ਸੁਣ ਕੇ ਤਾਂ ਫਰੈਂਡਸ ਕੋਈ ਇਸ ਦਾ ਕੋਈ ਸਟਰੋਂਗ ਬੇਸ ਨਹੀਂ ਬਣਦਾ ਕਿ ਬੱਚਾ ਲਿਖ ਕੇ ਸਿੱਖੇਗਾ ਜਾਂ ਸੁਣ ਕੇ ਸਿੱਖੇਗਾ अनुभव ਤੇ ਅਨੁਕਰਨ ਦੇ ਵਿੱਚ ਤੁਹਾਨੂੰ ਕਨਫਿਊਜ਼ਨ ਹੋ ਸਕਦੀ ਹੈ ਬੱਚਾ ਵਾਤਾਵਰਣ ਤੋਂ ਕਿਵੇਂ ਸਿੱਖੇਗਾ ਸੋ ਇਸ ਦਾ ਬੈਸਟ ਜੋ ਆਨਸਰ ਹੋਏਗਾ ਬੱਚਾ ਵਾਤਾਵਰਣ ਤੋਂ ਸਿੱਖੇਗਾ ਅਨੁਕਰਨ ਦੇ ਦੁਆਰਾ ਅਨੁਕਰਨ ਚੀਜ਼ ਇਹ ਕਿਦਾਂ ਦੀ ਹੈ ਕਿ ਬੱਚਾ ਜੋ ਹੈ ਜਿਸ ਤਰ੍ਹਾਂ ਦਾ এনवायरमेंट ਤੁਸੀਂ ਉਸ ਨੂੰ ਦਿਓਗੇ ਜਿਸ ਤਰ੍ਹਾਂ ਦਾ ਬਿਹੇਵ ਉਸ ਸਾਹਮਣੇ ਕਰੋਗੇ ਉਹ ਉਸੇ ਤਰ੍ਹਾਂ ਨੂੰ ਉਸ ਨੂੰ ਅਡਾਪਟ ਕਰ ਲੇਗਾ ਉਸੇ ਤਰ੍ਹਾਂ ਉਸ ਨੂੰ ਜੋ ਸਿੱਖਦਾ ਜਾਏਗਾ ਅਨੁਕਰਣ ਕਰੇਗਾ ਨਕਲ ਕਰੇਗਾ ਉਸ ਚੀਜ਼ ਦੀ ਤੇ ਉਹ ਚੀਜ਼ ਨੂੰ ਉਸੇ ਤਰ੍ਹਾਂ ਆਪਣੇ ਅੰਦਰ ਜੋ ਹੈ ਉਹ ਗ੍ਰੈਂਡ ਕਰ ਲੇਗਾ ਸਿੱਖ ਜਾਏਗਾ ਉਸ ਚੀਜ਼ ਨੂੰ ਸੋ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਇਸ ਤਰ੍ਹਾਂ ਪੁੱਛ ਲਿਆ ਜਾਂਦਾ ਹੈ ਅਨੁਭਵ ਇੰਪੋਰਟੈਂਟ ਹੈ ਕਿ ਅਨੁਕਰਣ ਇੰਪੋਰਟੈਂਟ ਹੈ ਜਦੋਂ ਬੱਚਾ ਵਾਤਾਵਰਣੋਂ ਸਿੱਖਦਾ ਸੋ ਅਨੁਕਰਣ ਇਸ ਦਾ ਜੋ ਹੈ ਉਹ ਬੈਸਟ ਆਨਸਰ ਹੋਏਗਾ ਬਿਲਕੁਲ ਰਾਈਟ ਆਨਸਰ ਹੋਏਗਾ ਕਨਫਿਊਜ਼ ਨਹੀਂ ਹੋਣਾ ਇਸ ਤਰ੍ਹਾਂ ਦੇ ਪ੍ਰੈਕਟਿਸ ਸੈੱਟ ਦੇ ਨਾਲ ਤੁਸੀਂ ਆਪਣੇ ਸਾਰੇ ਕਨਸੈਪਟ ਜੋ ਹੈ ਕਲੀਅਰ ਕਰ ਸਕਦੇ ਹੋ ਜੇਕਰ ਤੁਹਾਨੂੰ ਵੀਡੀਓਜ਼ ਹੈਲਪਫ ਲੱਗਣੀਆਂ ਪਲੀਜ਼ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਲਾਈਕ ਸ਼ੇਅਰ ਜ਼ਰੂਰ ਕਰਨਾ ਹੈ ਫਰੈਂਡਸ ਨੈਕਸਟ ਕੁਐਸਚਨ ਅਸੀਂ ਦੇਖ ਸਕਦੇ ਹਾਂ ਭਾਸ਼ਾ ਸਿੱਖਣਾ ਬੱਚੇ ਦੀ ਪ੍ਰਵਿਰਤੀ ਹੈ ਬੱਚੇ ਦੀ ਜੋ ਭਾਸ਼ਾ ਸਿੱਖਦਾ ਹੈ ਬੱਚਾ ਉਹ ਕਿਸ ਤਰ੍ਹਾਂ ਦੀ ਪ੍ਰਵਿਰਤੀ ਹੈ ਬੱਚਾ ਜੋ ਹੈ ਸੁਭਾਵਿਕ ਤੌਰ ਤੇ ਸਿੱਖ ਜਾਂਦਾ ਹੈ ਸਹਿਜ ਤੇ ਸੁਭਾਵਿਕ ਸਿੱਖਦਾ ਹੈ ਬਿਲਕੁਲ ਹੀ ਸੌਖੀ ਤਰੀਕੇ ਨਾਲ ਸਹਿਜ ਹੀ ਸਿੱਖ ਜਾਂਦਾ ਹੈ ਜਾਂ ਸੁਭਾਵਿਕ ਉਸ ਨੂੰ ਔਖਾ ਲੱਗਦਾ ਹੈ ਸਿੱਖਣਾ ਸੁਭਾਵਿਕ ਭਾਵ ਜੋ ਹੈ ਉਹ ਇੱਕ ਚੀਜ਼ ਹੁੰਦੀ ਹੈ ਇੱਕ ਚੀਜ਼ ਬੱਚੇ ਨੂੰ ਆਪਾਂ ਸਿਖਾਉਨੇ ਆ ਇੱਕ ਚੀਜ਼ ਬੱਚਾ ਖੁਦ ਹੀ ਸਿੱਖ ਜਾਂਦਾ ਹੈ ਸੁਭਾਵਿਕ ਤਰੀਕੇ ਨਾਲ ਸੋ ਅਸਭਾਵਿਕ ਕੋਈ ਚੀਜ਼ ਹੈ ਜਦੋਂ ਸਾਡੀਆਂ ਐਫਰਟਸ ਲੱਗਦੀਆਂ ਹਨ ਮੈਥਡ ਲੱਗਦੇ ਹਨ ਉਹ ਚੀਜ਼ ਅ ਸੁਭਾਵਿਕ ਕਹਲੌਂਦੀ ਹੈ ਭਾਸ਼ਾ ਸਿੱਖਣਾ ਜੋ ਬੱਚੇ ਦੀ ਪ੍ਰਵਿਰਤੀ ਕੀ ਹੈ ਸੋ ਇਸ ਦਾ ਰਾਈਟ ਆਪਸ਼ਨ ਹੋਏਗਾ ਸਹਿਜ ਵੀ ਤੇ ਸੁਭਾਵਿਕ ਵੀ ਇੱਕ ਬੱਚਾ ਸਹਿਜ ਵੀ ਹੌਲੀ-ਹੌਲੀ ਵੀ ਸਿੱਖਦਾ ਹੈ ਜੇਕਰ ਬੱਚੇ ਨੇ ਸਭ ਤੋਂ ਪਹਿਲਾਂ ਜੋ ਹੈ ਬੋਲਣਾ ਸਿੱਖਿਆ ਹੈ ਫਿਰ ਉਸ ਤੋਂ ਬਾਅਦ ਉਹ ਕੁਝ ਹੋਰ ਸਿੱਖੇਗਾ ਪੜ੍ਹਨਾ ਸਿੱਖੇਗਾ ਲਿਖਣਾ ਸਿੱਖੇਗਾ ਇਸ ਤਰ੍ਹਾਂ ਸਟੈਪ ਬਾਈ ਸਟੈਪ ਸੈਜੇ-ਸੈਜੇ ਸਿੱਖੇਗਾ ਇਸ ਤਰ੍ਹਾਂ ਇਹ ਵੀ ਚਾਰੇ ਕੌਸ਼ਲ ਜੋ ਹੈ ਲੈਂਗੁਏਜ ਨੂੰ ਇੱਕੋ ਵਾਰ ਹੀ ਸਿੱਖ ਜਾਏਗਾ ਇਸ ਤਰ੍ਹਾਂ ਨੇ ਤੇ ਨਾਲ ਹੀ ਜੋ ਹੈ ਸੁਭਾਵਿਕ ਵੀ ਸਿੱਖੇਗਾ ਬੱਚਾ ਭਾਸ਼ਾ ਨੂੰ ਜੋ ਹੈ ਆਪਣੀ ਜੋ ਲੈਂਗੁਏਜ ਹੈ ਉਸ ਨੂੰ ਜੋ ਹੈ ਸੁਭਾਵਿਕ ਤੌਰ ਤੇ ਸਿੱਖੇਗਾ ਇਸ ਤਰ੍ਹਾਂ ਨਹੀਂ ਹੈ ਕਿ ਬੱਚੇ ਨੂੰ ਜੋ ਹੈ ਮਾਤ ਭਾਸ਼ਾ ਜਿਵੇਂ ਹੈ ਉਸ ਦੀ ਤਿਉ ਬੱਚੇ ਨੂੰ ਥੋਪੀ ਜਾਂਦੀ ਹੈ ਕਿ ਤੂੰ ਇਸ ਤਰ੍ਹਾਂ ਸਿੱਖ ਇਸ ਤਰ੍ਹਾਂ ਸਿੱਖ ਬੱਚਾ ਖੋਦ ਹੀ ਨਕਲ ਕਰਕੇ ਜੋ ਹੈ ਉਹਨੂੰ ਕਰਨ ਦੇ ਲਈ ਸਹਿਜ ਤੇ ਸੁਭਾਵਿਕ ਜੋ ਹੈ ਉਹ ਸਿੱਖ ਜਾਂਦਾ ਹੈ ਸੋ ਭਾਸ਼ਾ ਬੱਚੇ ਦੀ ਪ੍ਰਵਿਰਤੀ ਕੀ ਹੈ ਸਹਿਜ ਤੇ ਸੁਭਾਵਿਕ ਇਸ ਤਰ੍ਹਾਂ ਜੋ ਹੈ ਤੁਹਾਡੇ ਮਾਈਂਡ ਦੇ ਵਿੱਚ ਕਨਸੈਪਟ ਸਾਰੇ ਕਲੀਅਰ ਹੋਣੇ ਚਾਹੀਦੇ ਹਨ ਸੋ ਲਾਸਟ ਕੁਐਸਚਨ ਕਰਦੇ ਆ ਫਰੈਂਡਸ ਬਹੁਤ ਹੀ ਇੰਪੋਰਟੈਂਟ ਹੈ ਭਾਸ਼ਾ ਸਿਖਾਉਣ ਦਾ ਸਹੀ ਕ੍ਰਮ ਕੀ ਹੈ ਭਾਸ਼ਾ ਜੇਕਰ ਬੱਚੇ ਨੂੰ ਸਿਖਾਉਣੀ ਹੈ ਤਾਂ ਸਹੀ ਕ੍ਰਮ ਕੀ ਹੋਏਗਾ ਹੁਣ ਫਰੈਂਡਸ ਜੇਕਰ ਅਸੀਂ ਬੱਚੇ ਨੂੰ ਕੋਈ ਲੈਂਗੁਏਜ ਸਿਖਾਉਣੀ ਹੈ ਤਾਂ ਅਸੀਂ ਕੀ ਬੱਚੇ ਨੂੰ ਸਭ ਤੋਂ ਪਹਿਲਾਂ ਕਹਾਂਗੇ ਇਸ ਨੂੰ ਜੋ ਹੈ ਪੜ ਫਿਰ ਲਿਖ ਕੇ ਦੇਖ ਫਿਰ ਬੋਲ ਕੇ ਦੇਖ ਫਿਰ ਸਮਝ ਕੇ ਦੇਖ ਸੈਕੰਡ ਆਪਸ਼ਨ ਹੈ ਸੁਣਨਾ ਸਮਝਣਾ ਪੜਨਾ ਲਿਖਣਾ ਥਰਡ ਲਿਖਣਾ ਪਹਿਲਾਂ ਲਿਖਣਾ ਹੈ ਫਿਰ ਸਮਝਣਾ ਸੁਣਨਾ ਤੇ ਪੜਨਾ ਫੋਰਥ ਆਪਸ਼ਨ ਹੈ ਪਹਿਲਾਂ ਸਮਝੇਗਾ ਫਿਰ ਲਿਖੇਗਾ ਫੇ ਸੁਨੇਗਾ ਫਿਰ ਪੜ੍ਹੇਗਾ ਇਸ ਤਰ੍ਹਾਂ ਦੇ ਆਪਸ਼ਨ ਹੁੰਦੇ ਹਨ ਬਹੁਤ ਹੀ ਜ਼ਿਆਦਾ ਇਸ ਨੂੰ ਜੋ ਹੈ ਡੀਪਲੀ ਕਨਸੈਪਟ ਕਲੀਅਰ ਹੋਣਗੇ ਤਾਂ ਤੁਸੀਂ ਇਸ ਦਾ ਸਹੀ ਆਪਸ਼ਨ ਚੁਣ ਸਕਦੇ ਹੋ ਕਨਫਿਊਜ਼ਨ ਹੋ ਸਕਦੀ ਹੈ ਫਰੈਂਡਸ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਕਿਸੇ ਵੇਲੇ ਕੋਈ ਕ੍ਰਮ ਜੋ ਹੁੰਦਾ ਹੈ ਕੋਈ ਸਟੈਪ ਜੋ ਹੁੰਦਾ ਹੈ ਉਹ ਛੱਡ ਕੇ ਨੈਕਸਟ ਸਟੈਪ ਦੀ ਜੋ ਸੀਰੀਜ਼ ਦਿੱਤੀ ਹੁੰਦੀ ਹੈ ਇਸ ਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਸੋ ਜੇਕਰ ਅਸੀਂ ਬੱਚੇ ਨੂੰ ਆਸ਼ਾ ਸਕੋਣੇ ਸਭ ਤੋਂ ਬੇਲਾ ਬੱਚਾ ਜੋ ਹੈ ਪਾਸ਼ਾ ਨੂੰ ਪੜ੍ਹੇਗਾ ਉਸੇ ਅੱਖਰਾਂ ਦੀ ਪਛਾਣ ਕਰੇਗਾ ਫਿਰ ਲਿਖੇਗਾ ਬੋਲੇਗਾ ਫਿਰ ਸਮਝੇਗਾ ਇਹ ਜੋ ਹੈ ਇਸ ਦਾ ਰਾਈਟ ਆਪਸ਼ਨ ਜੋ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਸੋ ਤੁਸੀਂ ਇਸ ਤਰ੍ਹਾਂ ਦੇ ਕੁਐਸਚਨ ਜੋ ਹਨ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ ਹੈ ਪੇਪਰ ਵਿੱਚ ਇਸ ਤਰ੍ਹਾਂ ਦੇ ਕੁਐਸਚਨ ਪੁੱਛੇ ਜਾ ਸਕਦੇ ਹਨ ਸੋ ਇਹ ਅੱਜ ਦੀ ਵੀਡੀਓ ਆਈ ਹੋਪ ਤੁਹਾਡੇ ਲਈ ਬਹੁਤ ਹੈਲਪਫੁਲ ਹੋਏਗੀ ਤੁਹਾਨੂੰ ਪਤਾ ਲੱਗਿਆ ਹੋਵੇਗਾ ਕਿਸ ਤਰ੍ਹਾਂ ਦੇ ਕੁਐਸਚਨ ਜੋ ਹਨ ਉਹ ਪੇਪਰ ਦੇ ਵਿੱਚ ਪੁੱਛੇ ਜਾ ਸਕਦੇ ਹਨ ਪੈਡਾਗੋਜੀਕਲ ਹੁੰਦੇ ਹਨ ਥੋੜੇ ਜੇ ਇਸ ਨੂੰ ਡੀਪਲੀ ਜਾ ਕੇ ਇਸ ਦਾ ਆਨਸਰ ਚੂਜ਼ ਕਰਨ ਦੀ ਜੋ ਹੈ ਜੋ ਸਾਡੇ ਜ਼ਿਕਰ ਕਨਸੈਪਟ ਕਲੀਅਰ ਹੋਣੇ ਜਾਂ ਹੁਣ ਤਾਂ ਅਸੀਂ ਇਸ ਦੇ ਵਿੱਚ ਜੋ ਆਸਾਨੀ ਦੇ ਨਾਲ ਕੁਐਸਚਨ ਜੋ ਹਨ ਉਹ ਜੋ ਆਨਸਰ ਉਸ ਦੇ ਦੇ ਸਕਦੇ ਹਾਂ ਸੋ ਬਹੁਤ ਜ਼ਿਆਦਾ ਇਸ ਨੂੰ ਸਮਝਣ ਦੀ ਜ਼ਰੂਰ ਹੈ ਫਰੈਂਡਸ ਡੀਪਲੀ ਜਾ ਕੇ ਤਾਂ ਤੁਹਾਡੇ ਜੋ ਪੇਪਰ ਦੇ ਵਿੱਚ ਪੈਡਾਗੋਜੀਕਲ ਮਾਰਕਸ ਜੋ ਹਨ ਉਹ ਸਿਕਯੂਰ ਹੋ ਜਾਂਦੇ ਹਨ ਤੁਹਾਡੇ ਪੂਰੇ ਪੂਰੇ ਨੰਬਰ ਪੈਡਾਗੋਜੀ ਦੇ ਆ ਕੇ ਤੁਸੀਂ ਆਪਣਾ ਟੈਸਟ ਆਸਾਨੀ ਨਾਲ ਕਲੀਅਰ ਕਰ ਸਕਦੇ ਹੋ ਸੋ ਫਰੈਂਡਸ ਤੁਸੀਂ ਇਸ ਚੈਨਲ ਤੇ ਜੋ ਸੀਟੈਟ ਪੀਐਸਟ ਦੀ ਤਿਆਰੀ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਹੋਰ ਹੈਲਪਫੁਲ ਵੀਡੀਓਜ਼ ਤੁਹਾਡੇ ਲਈ ਇਸ ਤਰ੍ਹਾਂ ਜੋ ਹੈ ਰੋਜ਼ ਅਪਲੋਡ ਹੁੰਦੀਆਂ ਰਹਿਣਗੀਆਂ ਸੋ ਥੈਂਕ ਯੂ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ ਫਰੈਂਡਸ ਥੈਂਕ ਯੂ